ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ ਅਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਕਾਫੀ ਦਿਖਾਈ ਦੀਆਂ ਵਾ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਗਾਵਾਂ ਅਤੇ 4 ਤੁਹਾਨੂੰ ਮੱਝਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਛ ਪਸ਼ੂ ਤੋਕੜ ਗੱਭਣੇ ਆ ਕੁਛ ਸੂਈਆਂ ਵਾ ਤਾਜ਼ੀਆਂ ਹੀ ਅਤੇ ਕੁਛ ਗੱਭਣ ਪਸ਼ੂ ਤੁਹਾਨੂੰ ਦਿਖਾਵਾਂਗੇ ਅਤੇ ਵਰਾਇਟੀ ਵੀ ਜਿਹੜੀ ਸਾਰੀ ਆ ਚੰਗੇ ਦੁੱਧ ਵਾਲੀਆਂ ਵੀ ਆ ਘੱਟ ਦੁੱਧ ਵਾਲੀਆਂ ਵੀ ਆ ਅਤੇ ਟੋਟਲ ਜਿਹੜੇ 9-10 ਪਸ਼ੂ ਜਿਹੜੇ ਤੁਹਾਨੂੰ ਅੱਜ ਦਿਖਾਉਣੇ ਆ ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ ਇੱਕ ਆ ਬੂਰੀ ਝੋਟੀ ਵੀ ਤੁਹਾਨੂੰ ਦਿਖਾਉਣੀ ਕਾਫੀ ਖੂਬਸੂਰਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਪਰਸੋਂ ਵਾਲਾ ਵਿਕ ਗਿਆ ਫਿਰ ਮਾਲ ਵੀਰ ਜੀ ਹਾਂਜੀ ਭਾਜੀ ਪਰਸੋਂ ਵਿਕ ਗਿਆ ਸੀ ਠੀਕ ਹੈ ਹਾਂਜੀ ਉਸ ਦਿਨ ਆਪਾਂ 9 ਪਾਈਆਂ ਸੀ ਹਾਂਜੀ ਹਾਂਜੀ 9 ਦੇ 9 ਵਿਕ ਗਈ ਅੱਜ ਵੀ 9 10 ਡੰਗਰ ਅੱਛਾ ਉਹ ਉਸ ਦਿਨ 9 ਪਾਈਆਂ ਉਹ ਵੀ 9 ਵਿਕ ਗਈਆਂ ਅੱਜ ਵੀ 9 10 ਹੈਗੀਆਂ ਫਿਰ ਹਾਂਜੀ ਹੈਗੀਆਂ ਜੀ ਠੀਕ ਹੈ ਮਾਲ ਫਿਰ ਇਕੱਠਾ ਕਰ ਹੀ ਲਿਆ ਇਹ ਦਿਹਾੜੀ 'ਚ ਹਾਂਜੀ ਹਾਂਜੀ ਚਲੋ ਵਾਹਿਗੁਰੂ ਦੇਣ ਵਾਲਾ ਬਾਕੀ ਝੋਟੀ ਪੂਰੀ ਬਹੁਤ ਚੰਗੀ ਹੈ ਠੀਕ ਹੈ ਚਲੋ ਨਾਮ ਦੱਸਦੇ ਕਰੀਏ ਜਤਿੰਦਰ ਸਿੰਘ ਹਾਂਜੀ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੇ ਇੱਕ 5862257 ਠੀਕ ਹੈ ਕਰੀਏ ਫਿਰ ਸ਼ੁਰੂ ਨਾ ਸ਼ੁਰੂਆਤ ਫਿਰ ਆ ਬੂਰੀ ਝੋਟੀ ਤੋਂ ਹੀ ਕਰ ਲਈਏ ਹਾਂ ਦੇ ਸਕਦੇ ਚੰਗੇ ਕੱਦ ਕਾਠ ਵਾਲੀ ਆ ਤੇ ਸੋਹਣੇ ਥਣ ਹਵਾਨੇ ਵਾਲੀ ਠੀਕ ਹੈ ਵੀਰ ਜੀ ਤੇ ਕਿਨਵਾ ਸੂਆ ਸੋਈ ਜੀ ਜੀ ਪਹਿਲਾਂ ਵੀ ਕੱਟੀ ਸੋਈ ਆ ਬੂਰੀ ਦੇ ਮਗਰ ਕੱਟੀ ਆ ਅੱਛਾ ਕੱਟੇ ਮਗਰ ਬੂਰੀ ਹੈ ਕੱਟੀ ਬੂਰੀ ਜੀ ਠੀਕ ਆ ਹਾਂਜੀ ਕੱਦ ਬਾਕੀ ਹਾਈਟ ਦੇਖੋ ਝੋਟੀ ਦੀ ਕਿੱਥੇ ਮੇਰੇ ਮੋਢਿਆਂ ਮੋਢੇ ਤੱਕ ਆਉਂਦੀ ਆ ਹਾਈਟ ਤੇ ਜਿਹੜੀ ਬੜੀ ਉੱਚੀ ਆ ਇਹਦੀ ਵੱਡੀ ਝੋਟੀ ਆ ਬਾਕੀ ਝੋਟੀ ਇਹ ਵੀ ਅੱਜ ਹੀ ਆਈ ਆ ਠੀਕ ਹੈ ਪੱਠੇ ਪੁੱਠੇ ਨਹੀਂ ਆਣ ਕੇ ਸਾਡੇ ਠੀਕ ਆ ਹਾਂਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਸੋਈ ਨੂੰ ਭਾਜੀ 12 13 ਦਿਨ ਹੋ ਗਏ ਜੋ ਮਗਰ ਕੱਟੀ ਇਹਦੇ 12 13 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਮੁੱਕੇ ਤੇ ਤਿਆਰ ਤੇ ਤਾਂ ਲਈ 11 ਕਿਲੋ ਪਰ 10 ਕਿਲੋ ਦੀ ਗਰੰਟੀ ਦਵਾਂਗੇ ਹੈਗਾ ਇਹਨਾਂ ਪੱਕਾ ਦੁੱਧ ਤਸੱਲੀ ਕਰਾ ਕੇ ਦਵਾਂਗੇ ਕਿ ਥਣ ਚ ਝੋਟੀ ਵਿੱਚ ਭੂਰ ਨਿਕਲਾਵੇ ਛੱਟਾ ਨਿਕਲਾਵੇ ਠੀਕ ਹੈ ਮੈਂ ਵੀਡੀਓ ਰਾਈ ਜਾਂਦਾ ਮੈਂ ਵਾਪਸੀ ਝੋਟੀ ਲਵਾਂਗੇ ਨਾਲ ਕਰਾਈ ਸਮੇਤ ਪੈਕ ਦਵਾਂਗੇ ਅੱਛਾ ਹਾਂਜੀ ਠੀਕ ਹੈ ਕਿੰਨੇ ਦੁੱਧ ਤੋਂ ਘੱਟ ਹੋਵੇ ਤੇ 10 ਲੀਟਰਾਂ ਤੋਂ ਅੱਛਾ ਝੋਟੀ ਦੁੱਧ ਤੇ ਕਹਿਣ ਨੂੰ ਨਾ 12 ਕਿਲੋ ਦਾ ਮੈਂ ਅੱਜ ਹੀ ਲਈ ਪਰ ਮੈਂ 2 ਕਿਲੋ ਘਟਾ ਕੇ ਦੱਸਿਆ ਠੀਕ ਹੈ ਕਿੰਨਾ ਦੁੱਧ ਚਵਾਜੂਗੀ ਦੁੱਧ ਭਾਜੀ 12 13 ਕਿਲੋ ਝੋਟੀ ਚਵਾਉਗੀ ਪਹਿਲੇ ਸੋਏ ਪਹਿਲਾਂ ਨਹੀਂ ਕਹਿਣ ਨੂੰ ਭਾਈ 15 ਕਿਲੋ ਕਦੀ ਯਾਦ ਨਸਲ ਵਾਲੀ ਝੋਟੀ ਹੈ 12 ਕਿਲੋ ਝੋਟੀ ਇੱਟ ਵਰਗਾ ਦੁੱਧ ਦੇ ਠੀਕ ਖੋਲਾਂ ਹਾਂ ਫਿਰ ਤੋਰੀ ਇੱਕ ਰੀ ਝੋਟੀ ਵੀ ਪਾਉਣੀ ਹਾਂ ਦੇ ਸਕਦੇ ਜੀ ਦੇਖੋ ਥਣ ਕੇ ਦਾਂ ਝੋਟੀ ਨੂੰ ਕਾਗਰ ਲਾ ਸੋਣਾ ਆ ਜਿਹੜੀ ਇਹਦੀ ਕੱਟੀ ਆ ਪੂਰੀ ਠੀਕ ਹੈ ਵੀਰ ਜੀ ਲੈ ਆਓ ਜੀ ਚਿਹਰੇ 'ਤੇ ਵੀ ਜਿਹੜੀ ਬੜੀ ਖੂਬਸੂਰਤ ਆ ਅਤੇ ਉਂਝ ਕੱਦ ਕਾਠ ਵੀ ਜਿਹੜਾ ਇਹਦਾ ਚੰਗਾ ਵਾ ਬਾਕੀ ਦੁੱਧ ਮੌਕੇ 'ਤੇ ਜਿਹੜਾ 10 ਲੀਟਰ ਦੱਸਦੇ ਆ ਬਾਕੀ ਆਪਣੀ ਤਸੱਲੀ ਕਰਕੇ ਖੜੋ ਤੁਸੀਂ ਜਿਨ੍ਹਾਂ ਨੇ ਪੈਸੇ ਖਰਚਣੇ ਜ਼ਿੰਮੇਵਾਰੀ ਜਿਹੜੀ ਤੁਹਾਡੀ ਬਣਦੀ ਅਤੇ ਮਗਰ ਇਹਦੇ ਕੱਟੀ ਵੀ ਜਿਹੜੀ ਬੂਰੀ ਕੱਟੀ ਫਿਰ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਇੱਕ ਵਾਰੀ ਥਣ ਵੀ ਇਹਦੇ ਦਿਖਾ ਦਈਏ ਤੁਹਾਨੂੰ ਚੰਗੀ ਹਾਂ ਦੇਖ ਸਕਦੇ ਜੀ ਪਿੱਛੇ ਹਵਾਨਾ ਇਹਦਾ ਕਰੀ ਫਿਰ ਤਾਂ ਦੇਖ ਸਕਦੇ ਆਹ ਜਿਹੜੀ ਕੱਟੀ ਵੀ ਆਪਾਂ ਦੇਖ ਸਕਦੇ ਸੋਹਣੀ ਆ ਮਗਰ ਪੂਰੀ ਤੇ ਕੀ ਫਿਰ ਮੁੱਲ ਰੱਖਣਾ ਵੀਰ ਜੀ ਪੂਰੀ ਝੋਟੀ ਦਾ ਮੁੱਲ ਵੀਰ ਜੀ ਤੁਸੀਂ ਦੱਸ ਦਿਓ ਜਾਜ ਕਿੰਨਾ ਕੁ ਜਾਜ ਰੱਖਣਾ ਜੀ ਮੁੱਲ ਦੇ 80,000 ਆ ਅੱਛਾ 75,000 ਦੀ ਦੇ ਦਾਂਗੇ 75,000 ਦੀ ਇਹ ਇਹਨੇ ਕੱਟੀ ਛੱਡ ਕੇ ਜਾਣੀ ਆ ਤਾਂ 5,000 ਦੀ ਗੱਡੀ ਛੱਡ ਦੇ 70 ਦੀ ਝੋਟੀ ਕੱਲੀ ਦੇ ਦਾਂਗੇ ਅੱਛਾ ਹਾਂਜੀ ਤੇ ਝੋਟੀ ਤੋਂ ਕੱਟੀ ਤੋਂ ਬਗੈਰ ਮਿਲ ਪੂਗੀ ਤੁਹਾਡੇ ਤੇ ਜੇ ਖੁਦਾਸਾ ਦਾ ਤੇ ਮਿਲਦੀ ਆ ਜਿਹਦੇ ਸੱਜਰ ਕੱਟੀ ਨਾ ਆ ਹਾਂਜੀ ਹਾਂਜੀ ਅੱਛਾ ਕੱਟੀ ਤੋਂ ਬਗੈਰ 70 ਦੀ ਤੇ ਕੱਟੀ ਦੇ ਨਾਲ 75 ਦੀ ਹਾਂਜੀ ਠੀਕ ਹੈ ਹੋਰ 2,000 ਛੱਡ ਦਾਂਗੇ 73,000 ਦੀ ਦੇ ਦਾਂਗੇ ਅੱਛਾ 73,000 ਦੀ ਦੇ ਦੋਗੇ 70 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਤੇ ਹੁਣ ਫਿਰ ਜਿਹੜੀ ਦੂਸਰੇ ਨੰਬਰ ਤੇ ਆ ਬਾਕੀ ਮਾਨਤਾਨ ਜਿਹੜਾ ਇਹਦਾ 73 ਜੋ ਵੀ ਹੋਊਗਾ ਇੱਕ ਵਾਰੀ ਕੋਈ ਵੀਰ ਹਰ ਕਿਤੇ ਦਾ ਮਾਨਤਾਨ ਕਰਾਂਗੇ ਨਹੀਂ ਵੀ ਫਿਕਸ ਰੇਟ ਆ ਕੋ ਲਾਵੇ ਫੋਨ ਵੀਰ ਜੀ ਨੇ ਕਹਿੰਦੇ ਕਿ ਕੋਈ ਫਿਕਸ ਰੇਟ ਨਹੀਂ ਹੈ ਕੋਈ ਫੋਨ ਲਾਵੇ ਇੱਕ ਵਾਰੀ ਥਾਣੇ ਤੇ ਦੇਖ ਸਕਦੇ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਸੋਹਣੀ ਝੋਟੀ ਹੈ ਵਿਚਾਰੇ ਤੇ ਕਰੀ ਦੇਖ ਸਕਦੇ ਦੱਸਦੀਏ ਵੀਰ ਜੀ ਇਹਦੇ ਬਾਰੇ ਵੀਰ ਜੀ ਇਹ ਨਾ 7ਵਾਂ ਮਹੀਨਾ ਇਹਨੂੰ ਲੱਗਣਾ ਜੀ 20 ਤਰੀਕ ਤੋਂ ਅੱਛਾ ਜੀ ਅੱਜ ਹੀ ਡਾਕਟਰ ਸੱਦ ਕੇ ਤਾਂ ਆ ਦੇਖੋ ਚੇਤੀ ਚੈੱਕ ਵੀ ਕਰਵਾਤੀ ਆ ਠੀਕ ਆ ਹਾਂਜੀ ਤੇ ਦੂਜਾ ਮਹਾਰਾਜ ਦੇ ਸਰੇ ਦੁੱਧ ਆ 6 ਕਿਲੋ ਪਰ 5 ਕਿਲੋ ਕਰਕੇ ਦੇਣਾ ਸੀ ਠੀਕ ਹੈ ਉਹਨਾਂ ਘਰ ਪਹਾੜੇ ਦੇ ਮਿਲੀ ਸਾਡੇ ਘਰ ਸਵੇਰੇ ਨੇ ਟੀਕਾ ਲਿਆ ਬਾਕੀ ਖਲੋ ਕੇ ਮਿਲਤੀ ਠੀਕ ਹੈ ਜੀ ਹਾਂਜੀ ਤੇ ਥਣ ਥੁਣ ਓਕੇ ਸਾਰੇ ਹਾਂਜੀ ਸਾਰਿਆਂ ਦੀ ਓਕੇ ਹੋ ਗਈ ਫਿਰ ਅੰਜ ਭੂਰ ਛੱਟਾ ਨਾ ਹੋਏਗਾ ਪਹਿਲਾ ਸੂਆ ਸੂਈ ਦੂਜੇ ਸੂਣਾ ਜਿਹੜੇ ਨੇਗਾ ਠੀਕ ਹੈ ਛੋਟੀ ਬਹੁਤ ਜ਼ਿਆਦਾ ਨਸਲ ਵਾਲੀ ਤੇ ਇਹਦਾ ਕੀ ਮੁੱਲ ਰੱਖਣਾ ਜੀ ਮੁੱਲ ਤਾਂ ਭਾਜੀ ਦਾ 50,000 ਆ ਅੱਛਾ 45,000 ਦੀ ਦੇ ਦਾਂਗੇ ਅੱਛਾ 45,000 ਦੀ ਦੇ ਦੋਗੇ 45,000 ਦੀ ਦੇ ਦਾਂਗੇ ਠੀਕ ਹੈ ਜੀ 32,000 ਦੀ 35 ਦੀ ਤਾਂ ਉਦਾਂ ਵਿਕ ਜਾਂਦੀ ਹੈ ਤਾਂ 7 ਮਹੀਨੇ ਅੱਜ ਹੀ ਆਂਡੀ ਹੈ ਹਾਂਜੀ ਜਾਂ ਫਿਰ ਖੋਲੋ ਲੈ ਜਾ ਵਿੱਚ ਤੋਰਦੀ ਹੈ ਇੱਕ ਰੀ ਨੂੰ ਆਂਦੇ ਸਾਦੇ ਜੀ ਬਾਕੀ ਸਿੰਘ ਉਂਝ ਸਿੰਘਾਂ ਸੁੰਗਾਂ ਦੇ ਵੀ ਠੀਕ ਹੈ
ਤੇ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 5 ਲੀਟਰ ਦੱਸਦੇ ਆ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਵੀਰ ਜੀ ਲੈ ਜੀ ते हुण जिहड़ी तुहानूं तीसरे नंबर ते दिखाउणी आ सिंगां दी जिहड़ी इह वी बड़ी सोहणी आ ते थाना हवाना जिहड़ा करी अग्गों लागे तां देख सकदे जे पछाण वी हवाना जिहड़ा काफी सोहणा दिखाउंदी आ इह वी जिहड़ी सूई आ चंगे वड्डे कद काठ वाली झोटी आ दस्सिए विधी इहदे बारे इह किन्नवां इह झोटी लई आ कहीं 12 बजे नाल ਪੂਰਾ ਚਾਰ ਹਜ਼ਾਰ ਦੀ ਦੇ ਦੋਗੇ ਦੁੱਧ 12 ਲੀਟਰ ਮੌਕੇ ਤੇ ਤਿਆਰ ਦੂਸਰਾ ਸਵਾ ਦੱਸ ਦੇ ਜਿਹੜੀ ਕਾਫੀ ਖੂਬਸੂਰਤ ਆ ਬਾਕੀ ਉਂਝ ਜਿਹੜਾ ਕੱਦ ਕਾਠ ਦੀ ਜਿਹੜੀ ਕਾਫੀ ਚੰਗੀ ਹੈ ਤੇ ਪਿੱਠ ਪੁੜੇ ਤੋਂ ਵੀ ਜਿਹੜੀ ਸੋਹਣੀ ਹੈ ਉਂਝ ਉੱਪਰੋਂ ਵੀ ਦੇਖ ਸਕਦੇ ਜੀ ਬਾਕੀ ਆਹ ਦੇਖ ਸਕਦੇ ਜੀ ਚਿਹਰੇ ਤੋਂ ਵੀ ਜਿਹੜੀ ਸੋਹਣੀ ਆ ਤੇ ਪਿੱਠ ਪੁੜੇ ਤੋਂ ਵੀ ਜਿਹੜੀ ਚੰਗੀ ਆ ਤੇ ਸੂਈ ਆ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਬਾਕੀ ਥਾਨ ਅੱਗੇ ਪਿੱਛੋਂ ਜਿਹੜੇ ਦੋਵਾਂ ਪਾਸੇ ਸੋਹਣੇ ਹੁਣ ਜਿਹੜੀ ਇੱਕ ਹੋਰ ਤੁਹਾਨੂੰ ਇੱਕ ਗੱਬਨ ਮਾਈ ਤੁਹਾਨੂੰ ਦਿਖਾਉਣੀ ਆ ਬੋਡੀ ਵੇਟ ਜਿਹੜਾ ਇਹਦਾ ਵੀ ਚੰਗਾ ਵਾ ਦੱਸੀਏ ਵੀਰ ਜੀ ਇਹਦੇ ਬਾਰੇ ਤੀਸਰਾ ਸੂਆ ਸੂਣਾ ਇਹਨੇ ਤੇ ਕਿੰਨਾ ਟਾਈਮ ਖੜ ਤਿਆਰ ਆ ਠੀਕ ਹੈ ਬਾਕੀ ਥਣਾ ਦੀ ਪਿੱਛੇ ਦੀ ਸਾਡੀ ਗਾਰੰਟੀ ਹੋਏਗੀ ਜੇ ਕੋਈ ਥਣ ਚੋਂ ਮਹੀਂ ਫੇਰ ਨਿਕਲੇ ਪਿੱਛਾ ਮਾਰੇ ਹਾਂਜੀ ਵਾਪਸ ਲਵਾਂਗੇ ਝੋਟੀ ਸਾਡੀ 12 ਲੀਟਰ ਦੁੱਧ ਨਾ ਦੇਵੇ ਤਾਂ ਵੀ ਵਾਪਸ ਕਰਾਏ ਸਨ ਇਸ ਵਾਰ ਪੈਸੇ ਮੋੜਾਂਗੇ ਅੱਛਾ 12 ਲੀਟਰ ਦੁੱਧ ਚ ਵਾਜੂਗੀ ਵਾਜੂਗੀ ਠੀਕ ਹੈ ਬਾਕੀ ਆ ਚਮੜੀ ਚਮੜੀ ਤੇ ਨਹੀਂ ਝੋਟੀ ਦੀ ਆ ਹਾਂਜੀ ਥਾਣੇ ਦੇ ਵੀ ਇੱਕ ਵਾਰੀ ਦੇਖ ਸਕਦੇ ਲੱਗੇ ਲਿਆ ਕੜਾ ਸਾਫ ਆ ਤੇ ਇਹਦਾ ਕੀ ਮੁੱਲ ਰੱਖਣਾ ਜੀ ਨੋਰਮਲ ਮੱਝਾਂ ਦੇ ਕੱਦ ਹੁੰਦੇ ਆ ਤੇ ਥੱਲਿਆਂ ਜਿਹੜੀ ਕਾਫੀ ਸੋਹਣੀ ਆ ਠੀਕ ਆ ਜੀ ਲਿਆਓ ਘੁਮਾ ਕੇ ਜੀ ਗਾਵਾਂ ਦਿਖਾਈਏ ਵੀਰ ਜੀ ਹੁਣ ਫਿਰ ਇੱਕ ਆ ਗਾਂ ਫਿਰ ਵੱਡੀ ਗਾਂ ਤੋਂ ਹੀ ਸ਼ੁਰੂਆਤ ਕਰੀਏ ਹਾਂਜੀ
ਕਾਫੀ ਵੱਡੇ ਕੱਦ ਕਾਠ ਵਾਲੀ ਆ ਜਿਹੜੀ ਤੇ ਜਿਸ ਨੇ ਇਹਦੀ ਵੈਲ ਸੋਈ ਹੈ ਅੱਛਾ ਜੀ 5-6 ਦਿਨ ਹੋ ਗਏ ਸੋਈ ਨੂੰ ਬੱਚਾ ਅੱਗੇ ਬੱਚਾ ਹੋਇਆ 5-6 ਦਿਨ ਦੱਸਦੇ ਸੋਈ ਨੂੰ ਹੋ ਗਏ ਆ ਬਾਕੀ ਬਸ ਉਤਰਾਂ ਜਿਹੜਾ ਵਾ ਸਿੰਗ ਮਾਰਦੀ ਉਤਨਾ ਹੁਣ ਜਾਂ ਦੇਖ ਸਕਦੇ ਜੀ ਪਸ਼ੂ ਜਿਹੜੇ ਜ਼ਿਆਦੇ ਆ ਤੇ ਜਗ੍ਹਾ ਥੋੜ੍ਹੀ ਜਿਹੀ ਟੈਟ ਆ बाकी चवा भी जरा देखा काफी साफ हवाना पछां गां नूं सोहना वा ते किन्ना दुध भी जी मौके ते तैयार जी इहदे कोल जी इहदे थले 5-18 किलो गाय दी दा भी खर्च मान लेना अच्छा असीं 15 किलो दी गारंटी देवांगे दुध 20 प्लस वाली बच्ची है अच्छा जी सुई 5-6 दिन होया बच्चा जी ठीक है जी हां जी 20 प्लस से चवा जूगी चवा जूगी मौके ते 15 लीटर जेड़ा तैयार है 15 लीटर तो बाहर है पर 15 ही कहना है ते इहदा की मुल्ल जी इहदा मुल्ल जदा दी बच्ची भाई वीर जी 50,000 कर लीए हां जी मुल्ल इहदा 45,000 है अच्छा 42,000 दी देवांगे 42,000 दी दे दोगे विचो कर दोगे मान होर बाकी वीर फोन लावे करांगे मान तां लिया फिर खोलो हां तोरी इन चेहरा बड़ा खूबसूरत है फिर तो तुम चेहरा भी दिखाने ये भी एक वशी दान ले ये भी आज ही आई है हां जी हाइट भी जड़ी काफी चंगी है इसकी ये शिग्गी जे मुंह मुंह जड़ी शिग्गी दसते है ठीक है वीर जी लाया जी बाकी थान काफी प्यारा है इसके कोल ते चेहरा जड़ा इहदा देख सकते काफी सोहना काफी लग जा चेहरा वे दा चेहरा दे करी फिर तो देख सकते जी बाकी उंज जिहड़ी सोहने रंग उहदी सोहने कद काटती है जर्सी जां फैट भी जिहड़ी इहदी चंगी आऊगी हुण तुहानूं इक साहीवाल गां तुहानूं दिखाउणी आ धोण वाली ते थण जिहड़ा बड़ा प्यारा वे इहदे कोल शाम का टाइम है जी मक्खी काफी हो गई है ये भी ठंडी धीरी है जी मक्खी जी टाइम जरा शाम का अपना वीडियो बना अज ही दस दे जी सूई है हम कोई रस्सी नहीं पाई बाकी सारे ने पता वा कि हम जे शाम के टाइम मक्खी जी काफी होंगी है ठीक है करी थाने दे दिखा दी चंगी तरह आप पूछ शहर तक कर भी दी हाँ जी हाँ देख सकते जी ठीक है किनवा सुबह सुई जी बिजी है हाँ देख सकते जी मगर भी बच्ची पुड़े भी नहीं चुके जी इन्हें मगर भी ये बच्ची है जेर जूर प्रोपर पाते भी जी जेर जूर प्रोपर पाती बाकी गल ये है बच्ची तो साले लेवा बड़ा ही हाँ जी अही 11 को इना लई है हाँ जी सवेरे उन्हें चलो कोई चोरी ही ठीक है उन्हें पता लोग लालच कर लेंगे हाँ जी हाँ जी उन्हें बच्ची सारी जोड़ती है ठीक है हाँ जी आ बाकी बच्ची को लेवा लेके नहीं तो रो लिया अच्छा जी बच्ची सारी चो चढ़ी है ठीक है बाकी बच्ची दो तो पहले ने 17-18 किलो चवाया है अच्छा 18 किलो दी गारंटी देवांगे बच्ची दी 18 लीटर जेड़ा चवाजूगी चवाजूगी बाकी दुध भी तो मियां वाला है प्योर शाही वाला है अच्छा जी है भी ठंडी धीरी है ठंडी धीरी कोई रस्सी ना पौनी पौगी हां जी हां जी कोई भाए बच्चा वाला छड़े बच्ची उधर जावे बाकी है कि चलो हम थोड़ा मक्खी मुक्खी करके थोड़ा काम दा टाइम है टाइम फाल दो साडे लागे मक्खी मुक्खी बड़े डंगर ते डंगर आ 5:30 हो गए आ 5:30 जेड़े हो गए आ ठीक है ते एदा की मुल्ल जे ਇਹਦਾ ਮੁੱਲ ਵੀ 45,000 ਆ ਅੱਛਾ ਹਾਂਜੀ ਇਹ ਵੀ ਉਹਨੇ ਦੀ ਕਰ ਦੋ ਜਿੰਨੇ ਦੀ ਉਹ ਫਿਰ ਚਲੋ ਉਹਨੇ ਹੀ ਦੇ ਦਾਂਗੇ 45 ਅੱਛਾ 42 ਦੀ ਦੇ ਦੋ ਗੇ ਵੀ ਹਾਂਜੀ ਬੱਚੀ ਵੇਖੋ ਬਾਕੀ ਕਿਦਾਂ ਦੀ ਆ ਮਹੀਂ ਦਾ ਬਰੋਬਰ ਹੈ ਬੱਚੀ ਠੀਕ ਹੈ ਲਿਆ ਖੋਲਾ ਫਿਰ ਤੋਰੀ ਇੱਕ ਦਿਨ ਆ ਦੇਖ ਸਕਦੇ ਜੀ ਬਾਕੀ ਬੱਚੀ ਕੋ ਸੇਵਾ ਲਾ ਕੇ ਨਾ ਤੋਰੋ ਹੋਗਾ ਬਾਕੀ ਨੂੰ 20 ਸਾਰੇ ਜਾ ਕਰੋ ਤੋਰ ਦੇ ਵੀਰ ਜੀ ਤੋਰ ਦੇ ਬਾਕੀ ਹਵਾਨਾ ਜਿਹੜਾ ਚੰਗਾ ਵਾ ਇਹਦੇ ਕੋਲ दुध जरा वा 18 लीटर के करीब जरा कहें कि चवा जूगी बाकी उंज जी सी लिया लिया जाए जी बच्चे वालों जरा थोड़ा भज के जाती है हम जी तुम तीसरे नंबर ते गां एक तुहानूं दिखाउणी है
ਠੀਕ ਹੈ ਇਹ ਵੀ ਸੋਈ ਵੀਰ ਜੀ ਸੋਈ ਜਾ ਉਹ ਬੱਚਾ ਜਿਹਨੂੰ ਆਪਾਂ ਪੰਜਵਾਂ ਛੇਵਾਂ ਦੇ ਸੋਈ ਨੂੰ ਪੰਜਵਾਂ ਠੀਕ ਹੈ ਕਿ ਪਸ਼ੂ ਜ਼ਿਆਦਾ ਆ ਤੇ ਉਹਨਾਂ 'ਚ ਵੀ ਪਸ਼ੂ ਕਈ ਵਾਰੀ ਡਰ ਜਾਂਦਾ ਵਾ ਆਉਂਦੇ ਸਾਡੇ ਚਵਾ ਜਿਹੜਾ ਇਹਦਾ ਵੀ ਸਾਫ ਠੀਕ ਹੈ ਜੀ ਬਾਕੀ ਥਾਨ ਇਹਦੇ ਵੀ ਇੱਕ ਵਾਰੀ ਲਾਗੇ ਤਾਂ ਦੇ ਸਕਦੇ ਬੜਾ ਬੜਾ ਥਾਨ ਕੱਢਦੀ ਪਸ਼ੂ ਕੇ ਪਿੱਛੇ ਮਹਿਮਾਨ ਜਿਹੜਾ ਦੇਖ ਸਕਦੇ ਜੀ ਕਿੰਨਵਾਂ ਸੋਆ ਸੋਈ ਜੀ ਵੀਰ ਜੀ ਇਹ ਜੀ ਪਹਿਲਾਂ ਜੀ ਪਹਿਲਾਂ ਨਹੀਂ ਦੱਸਦੇ ਆ ਹਾਂਜੀ ਕਿੰਨਾ ਚਿਰ ਹੋਇਆ ਵੀਰ ਜੀ ਨਾ ਸੋਈ ਨਾ ਇਹਨੂੰ ਵੀਰ ਜੀ 5-6 ਦਿਨ ਹੋ ਗਏ ਜਾ ਬੱਚਾ ਜੀ ਦਾ 5-6 ਦਿਨ ਹੋ ਗਏ ਆ ਹਾਂ ਬੱਚਾ ਜੀ ਤੇ ਕਿੰਨਾ ਦੁੱਧ ਜੀ ਇਹਦੇ ਕੋਲ ਮੁੱਕੇ ਤੇ 12 ਕਿਲੋ ਵੀਰ ਜੀ ਅੱਛਾ ਹਾਂਜੀ 12 ਲੀਟਰ ਦੁੱਧ ਹੈਗਾ ਪੱਕਾ ਮੁੱਕੇ ਤੇ ਜਾਵਾਂਗੇ ਲੀਟਰ ਮਰਵਾ ਕੇ ਠੀਕ ਹੈ ਹਾਂਜੀ ਤੇ ਕਿੰਨਾ ਦੁੱਧ ਚਵਾ ਜੂਗੀ ਦੁੱਧ ਵੀਰ ਜੀ 15 ਕਿਲੋ ਚਵਾਏਗੀ ਚਵਾ ਜੀ 15 ਲੀਟਰ ਦੇ ਚਵਾ ਜੂਗੀ ਵੱਛੀ ਚੰਗੀ ਜੀ ਆਸਨ ਸਲਾ ਜੀ ਇਹ ਕੋ ਕੱਟ ਕੱਟ ਤੇ ਇਹਦਾ ਕੀ ਮੁੱਲ ਜੀ ਇਹਦਾ ਮੁੱਲ 35000 ਆ ਅੱਛਾ 32000 ਦੀ ਆਣਾ ਦੇ ਦਾਂਗੇ ਅੱਛਾ 32000 ਦੀ ਦੇ ਦੋਗੇ 32000 ਦੀ ਦੇ ਦੋ ਵੇਖੋ ਵੱਛੀ ਦਾ ਮੁੱਲ ਕੀ ਕੀਤਾ ਵੱਛੀ ਕਿਦਾਂ ਦੀ ਠੀਕ ਹੈ ਲੈ ਜਾ ਫਿਰ ਤੋਰ ਦੇ ਇੱਕ ਵਾਰੀ हाँ मुंडा भी जरा कहता मेरी वीडियो बेच लियाओ बार बार सानू कह दिया वा मैनू भी वीडियो दे बेच लियाओ हुण चौथे नंबर ते इक गां तां होर सूई गां तां दिखाउणी आ दसिए वीर जी इहदे बारे भी वीर जी नूं ते ज्यादा जे सूई नूं इहदा क्या बच्चा जी किहड़ा बच्चा जी इधरला चिट्टा चिट्टा बच्चा जी जिहड़ा इहदा नाड़ू जिहड़ा नाल ही आ ठीक आ ते किन्ना च दुद्ध मुक्के ते दुद्ध वीर जी थले 10-11 किलो बोला ही अच्छा 10-11 लीटर बोला ही ਕਿੰਨਾ ਕੁ ਚਵਾ ਜੂਗੀ ਦੁੱਧ 15 ਕਿਲੋ ਚਵਾਏਗੀ ਅੱਛਾ 15 ਲੀਟਰ ਚਵਾ ਦੇਊਗੀ ਹਾਂਜੀ ਵਸੀ ਜਾਂਦੀ ਹੈ ਬਾਕੀ ਦੁੱਧ ਵੀ ਮਈਆਂ ਵਾਲਾ ਚਟਾ ਦਾ ਅੱਛਾ ਜੀ ਹਾਂਜੀ ਤੇ ਇਹਦਾ ਕੀ ਮੁੱਲ ਜੀ ਇਹਦਾ ਮੁੱਲ 40-35 ਦੇ ਦਾਂਗੇ 34 ਦੀ ਆਣਾ ਦੇ ਦਾਂਗੇ ਅੱਛਾ 34 ਦੀ ਦੇ ਦੋਗੇ ਲਿਆਓ ਫਿਰ ਖੋਲ ਲਾਂ ਵੀਰ ਜੀ ਤੋਰੀ ਇਹਨੂੰ ਆ ਦੇ ਸੰਦੇ ਜੀ ਬਾਕੀ ਹੈਗੀ ਹੈ ਵੀ ਸਾਈ ਵਾਲ ਕ੍ਰੋਸ ਚ ਹੀ ਆ ਪੰਦਰਾਂ ਲੀਟਰ ਦੇ ਕਰੀਬ ਜਿਹੜੇ ਵੀ ਕਹਿੰਦੇ ਕਿ ਚਵਾਈ ਜਾਊਗੀ ਠੀਕ ਹੈ ਵੀਰ ਜੀ ਆ ਜਾ ਲੈ ਆਓ ਬਾਕੀ ਉਹ ਥਾਣੇ ਵੀ ਜਿਹੜਾ ਇਹਦੇ ਕੋਲ ਚੰਗਾ ਵਾ ठंडी धीरी ठीक है ठीक है जी ते एदे को भी जी दुद्ध किन्ना जे मौके ते 8 लीटर है पक्का दुद्ध सुई ने ना महीना हो गया जी 8 किलो दुद्ध ये थले बच्चा इदा है नहीं जी अच्छा जी हां जी बाकी वछी बहुत चंगी है कितना दुद्ध है ते एदा की मुल्ल जे एदा मुल्ल जिने चंगी लगदी देख लो जी किन्ने ते चंगी लगदी जी मुल्ल दा 20000 अच्छा 19000 ਦੀ ਦੇ ਦਾਂਗੇ ਬਾਕੀ ਅਸੀਂ ਇਹ ਸੱਜਰ ਜਾਂ 20-25 ਦਿਨ ਸਾਰੇ ਚੰਮਰ ਗਿਆ ਬਾਕੀ ਵਸ਼ੀ ਥੱਲੇ ਵਾ ਵੇਖੋ ਕਿਦਾਂ ਦਾ ਠੀਕ ਹੈ ਹਾਂਜੀ ਤੇ ਬਾਕੀ ਮਾਨ ਤਾਂ ਤੇ ਮੁੱਕਰੇ ਚਲ ਹੋਈ ਜਾਵੇ 18000 ਦੀ ਦੇ ਦਾਂਗੇ 18000 ਦੀ ਕਹਿੰਦੇ ਆਪਾਂ ਦੇ ਦੇਵਾਂਗੇ ਬਾਕੀ ਵਸ਼ੀ ਕਿੰਨਾ ਦੀ ਥਣਾ ਦੇ ਵੀ ਜਿਹੜੀ ਚੰਗੀ ਹੈ ਉੰਜ ਵੀ ਜਿਹੜੀ ਸੀਲ ਹੈ ठीक है ਵੀਰ ਜੀ ਲੈ ਆ ਜੀ ਬਾਕੀ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਆਹ ਸਾਰੇ ਪਕਾਊ ਕੀਤੇ ਹਾਂਜੀ ਵੀਰ ਜੀ ਹੋਰ ਕੁਛ ਕਹਿਣਾ ਫਿਰ ਬਾਤ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਵੇ ਇੱਥੇ ਤਸੱਲੀ ਕਰੇ ਚਵਾਈ ਕਰੇ ਪਾਸ ਕਰੇ ਤੇ ਫਿਰ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ